ਲੁਧਿਆਣਾ ਦੀ ਲੋਕ ਇਨਸਾਫ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਗੁਰਦਾਸਪੁਰ ਵਿਖੇ ਮੋਦੀ ਦੇ ਦੌਰੇ ਤੇ ਤੰਜ ਕਰਦਿਆਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੇ ਪੰਜਾਬ ਵਿੱਚ ਆਉਣ ਦਾ ਉਹ ਸਵਾਗਤ ਕਰਦੇ ਹਨ, ਪਰ ਇਹ ਮੰਗ ਵੀ ਕਰਦੇ ਹਨ ਕਿ ਉਹਨਾਂ ਨੂੰ ਪੰਜਾਬ ਦੇ ਪਾਣੀਆਂ ਦਾ ਮੁੱਲ ਦਿੱਤਾ ਜਾਵੇ। ਸਤਿਕਾਰਯੋਗ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਜੀ ਆਇਆਂ ਨੂੰ, ਪਰ ਮੋਦੀ ਸਾਹਿਬ ਨੂੰ ਅਸੀਂ ਇੱਕ ਲੋਕ ਇਨਸਾਫ ਪਾਰਟੀ ਵੱਲੋਂ ਇਹ ਪੰਜਾਬੀਆਂ ਵੱਲੋਂ ਅਪੀਲ ਕਰਾਂਗੇ, ਮੰਗ ਕਰਾਂਗੇ। ਕਦੇ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦੇ ਹਾਂ ਝੂਠੀ ਸਹੁੰ ਚੁੱਕ ਲਈ, ਕਰਜ਼ਾ ਮਾਫ਼ੀ ਪੰਜਾਬ ਦਾ, ਕਿਸਾਨ ਕਰਜ਼ਾ ਮੁੱਕ ਜਾਏ, ਉਹ ਨੈਸ਼ਨਲ ਬੈਂਕਾਂ ਦਾ, ਉਹ ਕੋਆਪਰੇਟਿਵ ਬੈਂਕਾਂ ਦਾ, ਉਹ ਆੜ੍ਹਤੀਆਂ ਦਾ, ਅਤੇ ਉਹ ਝੂਠੀ ਸਹੁੰ ਜਿਹੜੀ ਆ ਚੰਦ ਦਿਨਾਂ ਦੇ ਵਿੱਚ ਗਿਰਗਿਟ ਵਾਂਗੂ ਰੰਗ ਬਦਲਦੇ ਹੋਏ ਆਪਣੀ ਅਸਲ ਗੱਲ ਦੇ ਉੱਤੇ ਆ ਜਾਂਦੇ। ਅੱਜ ਪੰਜਾਬ ਦੇ ਕਾਂਗਰਸੀ, ਇੱਥੋਂ ਤੱਕ ਕਿ ਤ੍ਰਿਪਤ ਰਜਿੰਦਰ ਬਾਜਵਾ ਵਰਗੇ ਸੀਨੀਅਰ ਵਜ਼ੀਰ ਕਹਿ ਰਹੇ ਵੀ ਇਹ ਸਾਡੇ ਵੱਸ ਦਾ ਕੰਮ ਨਹੀਂ ਜਿਹੜੀ ਕਰਜ਼ਾ ਮਾਫ਼ੀ ਕਰਨੀ ਹੈ। ਦੂਜੇ ਪਾਸੇ ਮੋਦੀ ਸਾਹਿਬ ਜਿਹੜੇ ਜੁਮਲੇਬਾਜ਼ੀ ਕਰਨ ਦੇ ਵਿੱਚ ਪੂਰੇ ਮੰਨੇ ਪਰਮੰਨੇ ਆ, ਉਹ ਆਉਂਦੇ ਆ ਅਤੇ ਉਹ ਕਾਂਗਰਸ ਦੇ ਉੱਤੇ ਤੰਜ ਕੱਸਦੇ ਆ, ਕਰਜ਼ਾ ਮਾਫ਼ੀ ਨਹੀਂ ਕਰਦੇ, ਕਾਂਗਰਸ ਦੇ ਉੱਤੇ ਤੰਜ ਕੱਸਦੇ ਆ। ਨਾ ਸਾਨੂੰ ਕਰਜ਼ੇ ਮਾਫ਼ੀ ਦੀ ਭੀਖ ਮੋਦੀ ਸਾਹਿਬ ਕੋਲੋਂ ਚਾਹੀਦੀ ਆ, ਅਤੇ ਨਾ ਸਾਨੂੰ ਕਰਜ਼ਾ ਮਾਫ਼ੀ ਦੀ ਭੀਖ ਕੈਪਟਨ ਅਮਰਿੰਦਰ ਸਿੰਘ ਕਾਂਗਰਸੀਆਂ ਦੇ ਕੋਲੋਂ ਚਾਹੀਦੀ ਹੈ। ਸਾਨੂੰ ਸਾਡਾ ਹੱਕ ਚਾਹੀਦਾ, ਉਹ ਹੱਕ ਜਿਹੜਾ 16 ਨਵੰਬਰ 2016 ਨੂੰ ਪੰਜਾਬ ਵਿਧਾਨ ਸਭਾ ਦੇ ਅੰਦਰ ਪਾਸ ਹੋ ਕੇ ਕਾਨੂੰਨ ਬਣ ਚੁੱਕਿਆ ਕਿ ਅਸੀਂ ਰਾਜਸਥਾਨ ਤੋਂ ਪਾਣੀ ਦੀ ਕੀਮਤ ਲੈਣੀ ਹੈ 16 ਲੱਖ ਕਰੋੜ ਰੁਪਈਆ, ਇਕੱਲੇ ਰਾਜਸਥਾਨ ਤੋਂ, ਹਰਿਆਣਾ ਅਤੇ ਦਿੱਲੀ ਵੱਖਰੇ। ਜੇ 16 ਲੱਖ ਕਰੋੜ ਰੁਪਈਆ ਸਾਡੀ ਡਿਮਾਂਡ ਹੈਗੀ ਮੋਦੀ ਸਾਹਿਬ ਕੋਲੋਂ, ਗੈਰ ਕਾਨੂੰਨ ਤੌਰ 'ਤੇ ਸਾਡਾ ਪਾਣੀ ਪੰਜਾਬ ਦਾ ਖੋ ਕੇ ਰਾਜਸਥਾਨ, ਹਰਿਆਣਾ ਅਤੇ ਦਿੱਲੀ ਨੂੰ, ਕਮ ਸੇ ਕਮ ਜਿਹੜਾ ਕਾਨੂੰਨ ਪੰਜਾਬ ਵਿਧਾਨ ਸਭਾ ਦੇ ਵਿੱਚ 16 ਨਵੰਬਰ 2016 ਨੂੰ ਪਾਸ ਹੋ ਚੁੱਕਿਆ ਉਹਦੀ ਕੀਮਤ ਦਿਓ ਸਾਨੂੰ। ਅਸੀਂ ਤੁਹਾਡੇ ਕੋਲੋਂ ਕਰਜ਼ਾ ਮਾਫ਼ੀ ਦੀ ਭੀਖ ਨਹੀਂ ਮੰਗਣੀ, ਸਾਨੂੰ ਪਾਣੀ ਦੀ ਕੀਮਤ 16 ਲੱਖ ਕਰੋੜ ਰੁਪਈਆ ਚਾਹੀਦੀ ਹੈ। ਉੱਥੇ ਦਿੱਲੀ ਵਿਖੇ ਆਮ ਆਦਮੀ ਪਾਰਟੀ ਦੀ ਹੋ ਰਹੀ ਬੈਠਕ ਤੇ ਬੋਲਦਿਆਂ ਉਹਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੈਂਟੀਲੇਟਰ ਤੇ ਹੈ ਅਤੇ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਨੂੰ ਨਕਾਰ ਚੁੱਕੇ ਹਨ। ਆਮ ਆਦਮੀ ਪਾਰਟੀ ਅਸਲ ਦੇ ਵਿੱਚ ਵੈਂਟੀਲੇਟਰ ਤੇ ਹੈਗੀ ਪੰਜਾਬ ਦੇ ਅੰਦਰ, ਉਹ ਸੋਚ ਰਹੀ ਆ ਵੀ ਕਿਸੇ ਤਰੀਕੇ ਜਿਹੜਾ ਵੈਂਟੀਲੇਟਰ ਆ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦਾ ਉੱਤਰ ਜੇ, ਕਿਸੇ ਤਰੀਕੇ ਜਿਹੜੇ ਆਮ ਆਦਮੀ ਪਾਰਟੀ ਦੇ ਉਹ MLA ਜਿਹੜੇ ਲੋਕਾਂ ਦੀ ਆਵਾਜ਼ ਨੂੰ ਪਛਾਣਦੇ ਹੋਏ, ਜਿਹੜੇ ਲੋਕਾਂ ਦੀ ਨਬਜ਼ ਨੂੰ ਦੇਖਦੇ ਹੋਏ ਸੁਖਪਾਲ ਖਹਿਰਾ ਦਾ ਸਾਥ ਦੇ ਰਹੇ, ਉਹ ਕਿਸੇ ਤਰੀਕੇ ਤੋੜ ਕੇ ਦਿੱਲੀ ਵਾਲੇ ਉਹਨਾਂ ਨੂੰ ਆਪਣਾ ਹੱਥ ਠੋਕਾ ਤੇ ਮੋਹਰਾ ਬਣਾਉਣਾ ਚਾਹੁੰਦੇ ਆ। ਮੇਰਾ ਨਹੀਂ ਖਿਆਲ ਕਿ ਉਹਨਾਂ 'ਚੋਂ ਕੋਈ ਵੀ ਦਿੱਲੀ ਵਾਲਿਆਂ ਦੀਆਂ ਗੱਲਾਂ ਦੇ ਵਿੱਚ ਆਏਗਾ, ਕੋਈ ਵੀ ਵਾਪਸੀ ਜਿਹੜਾ ਦਿੱਲੀ ਦਰਬਾਰ ਦੇ ਵਿੱਚ ਜਾ ਕੇ ਨੱਕ ਰਗੜੇਗਾ ਕਦੇ ਨਹੀਂ ਹੋ ਸਕਦਾ। ਅੱਜ ਪੰਜਾਬ ਦੀਆਂ ਬੱਸਾਂ ਜਿਹੜੀਆਂ ਨੇ ਰੋਡਵੇਜ਼ PRTC ਦੀਆਂ ਵੋਲਵੋ ਬੱਸਾਂ ਏਅਰਪੋਰਟ 'ਤੇ ਫੜ ਕੇ ਕੇਜਰੀਵਾਲ ਦੀ ਸਰਕਾਰ, ਕੇਜਰੀਵਾਲ ਉਹਨਾਂ ਨੂੰ ਅੰਦਰ ਕਰ ਰਿਹਾ, ਅਤੇ ਜਿਹੜੀ ਬਾਦਲਾਂ ਦੀ ਲੂਟ ਮਾਫੀਆ ਟਰਾਂਸਪੋਰਟ ਹੈਗੀ ਆ ਵੋਲਵੋ ਬਾਦਲਾਂ ਦੀਆਂ ਬੱਸਾਂ ਨੇ ਇੰਡੋ ਕੈਨੇਡੀਅਨ, ਉਹ ਧੜਾ ਧੜ ਸਵਾਰੀਆਂ ਭਰ ਕੇ ਲਿਆ, ਪੰਜਾਬੀ ਕਿਹੜੇ ਮੂੰਹ ਨਾਲ ਆਮ ਆਦਮੀ ਪਾਰਟੀ ਨੂੰ ਵੋਟ ਦੇ ਦੇਣਗੇ। ਬਿਊਰੋ ਰਿਪੋਰਟ, ਲੁਧਿਆਣਾ।